ਪਰਿਵਾਰਕ ਸਮਾਗਮ ਸਰਦਾਰ ਗੁਰਮਤ ਸਿੰਘ ਜੀ ਪਰਿਵਾਰ ਬੱਚੇ ਵਿਦੇਸ਼ ਦੀ ਚੋਰੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਪਈ ਰਾਜਨੀਤਿਕ ਸਫਲਤਾ ਦੀ ਸ਼ੁਕਰਾਨੇ ਵਜੋਂ ਸ਼ੁਕਰਗੁਜ਼ਾਰੀ ਵੱਲੋਂ ਧੰਨਵਾਦ ਵਜੋਂ ਇਕੱਤਰ ਹੋਏ ਸਮੁੱਚੇ ਗੁਰਸਿੱਖ ਪਰਿਵਾਰ ਗੁਰੂ ਸਾਧ ਸਾਧ ਸੰਗਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚਾਨਕ ਹੁਕਮ ਹੋਇਆ ਮੈਂ ਤੇ ਪਰਿਵਾਰਕ ਸੰਬੰਧਿਤ ਪੁਰਾਤਨਤਾ ਤੋਂ ਬੜੀ ਬੜੇ ਵਧਿਆ ਤੋਂ ਕਾਰਨ ਹਾਜ਼ਰ ਹੋਇਆ ਸਾਂ। ਚਲੋ ਮੰਨਣਾ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ, ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਮੁਖ ਵਿੱਚੋਂ ਅੱਜ ਨਾਲ ਸੰਬੰਧਿਤ ਕੁਝ ਵਿਸ਼ੇ ਦੀ ਵਿਚਾਰ ਕਰਨਾ। ਉਹ ਵਿਸ਼ਾ ਹੈ ਰਾਜ। ਬੜੀ ਅਜੀਬ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਰਾਜ ਸ਼ਬਦ ਨੂੰ ਪ੍ਰਵਾਨ ਦੇ ਦਿੱਤਾ। ਮੈਂ ਹੈਰਾਨ ਹੁੰਦਾ, ਸਤਿਗੁਰੂ ਕਹਿੰਦੇ ਨੇ ਸੰਪਤ ਰਥ ਧਨ ਰਾਜ ਸੋ ਅਤ ਨਿਰਵਾਰਾ। ਰਾਜਿਆਂ ਨੂੰ ਛੀਂ ਆਖਿਆ, ਰਾਜਿਆਂ ਨੂੰ ਭੁੱਖਾ ਆਖਿਆ, ਰਾਜਾ ਰਾਜ ਨਾ ਤ੍ਰਿਪਤਿਆ, ਬਲਕਿ ਇੱਥੋਂ ਤੱਕ ਗੁਰੂ ਨੇ ਆਖਿਆ ਰਾਜਨ ਤਮਾਨਨ। ਜੋ ਵਿਸ਼ਾ ਪੰਡਾ ਸਾਂਝਾ ਕਰਦੇ ਗੁਰਬਾਣੀ ਰਾਹੀਂ, ਗੁਰੂ ਕਹਿੰਦੇ ਨੇ ਰਾਜਨ ਤਮਾਨਨ ਅਧਿਮਾਨਨ ਤਹੀਨਨ। ਰਾਜ ਮਨੁੱਖ ਦੇ ਅੰਦਰ ਇੱਕ ਮਾਨ ਅਹੰਕਾਰ ਅਹਮ ਬੁੱਧੀ ਪੈਦਾ ਕਰਦਾ ਹੈ, ਜਿਹੜਾ ਅਜੋਕੇ ਸਮੇਂ ਅੰਦਰ ਵੀ ਅਸੀਂ ਰਾਜ ਸਿੰਘਾਸਨਾਂ ਤੇ ਬੈਠੇ ਹੋਏ ਆਮ ਮਨੁੱਖਾਂ ਵਿੱਚ ਦੇਖ ਰਹੇ ਹਾਂ ਤੇ ਅਕਸਰ ਦੇਖਣ ਨੂੰ ਮਿਲਦਾ ਰਿਹਾ। ਸਤਿਗੁਰੂ ਨੇ ਬਾਣੀ ਵਿੱਚ ਲਿਸਟ ਦਿੱਤੀ ਹੈ ਜਿਹਨਾਂ ਜਿਹਨਾਂ ਚੀਜ਼ਾਂ ਨਾਲ, ਜਿਹਨਾਂ ਜਿਹਨਾਂ ਪ੍ਰਾਪਤੀਆਂ ਨਾਲ ਮਨੁੱਖ ਛੇਤੀ ਹੰਕਾਰੀ ਹੁੰਦਾ ਹੈ। ਆਪਾਂ ਸੁਖਮਨੀ ਸਾਹਿਬ ਜੀ ਦੀ ਇੱਕ ਪੌੜੀ ਜਰਾ ਉਹਦੀਆਂ ਚਾਰ ਲੈਣਾ ਚਾਹੀਏ। ਕਹਿਣ ਲੱਗੇ ਜਿਸ ਕੇ ਅੰਤਰ ਰਾਜ ਅਭਿਮਾਨ। ਪਹਿਲਾ ਰਾਜ ਵੀ ਇੱਕ ਅਭਿਮਾਨ ਦਾ, ਰਾਜ ਤਮਾਨਨ ਦਾ ਅਗਲੇ ਪਾਸੇ ਕਹਿਣ ਲੱਗੇ ਜੋ ਜਾਣੇ ਮੈਂ ਜੋਬਨ ਵੰਨ। ਜੋਬਨ ਵੀ ਇੱਕ ਹਉਮੈ ਦਾ ਪ੍ਰਤੀਕ ਬਣਦਾ ਹੈ, ਜ਼ਿਆਦਾ ਖੂਬਸੂਰਤ ਹੋਵੇ, ਬਲਵਾਨ ਹੋਵੇ, ਵਾਧੂ ਬਲ ਵੀ ਇੱਕ ਹਉਮੈ ਦਾ ਪ੍ਰਤੀਕ ਬਣਦਾ ਹੈ। ਚੰਗੇ ਕਰਮ ਕਰਨ ਵਾਲਾ ਸੰਸਾਰ ਅੰਦਰ ਮੈਂ ਕਈ ਵਾਰੀ ਕਹਿਣਾ ਕਿ ਚੋਰ ਨੇ ਵੀ ਕਦੇ ਆ ਕੇ ਆਖਿਆ ਵੀ ਮੇਰੇ ਵਰਗਾ ਚੋਰ ਕੋਈ ਨਹੀਂ। ਸਾਧੀ ਆਖੇਗਾ ਚੰਗੇ ਕਰਮ ਕਰਨੇ ਵੀ ਹੋਮੇ ਕਈ ਵਾਰ ਪੈਦਾ ਕਰਦੇ ਆਪਸ ਤੋਂ ਕਰਮਵੰਤ ਕਹਾਵਾ ਹੈ ਕਿ ਮੈਂ ਬੜੇ ਚੰਗੇ ਕਰਮ ਕਰਨਾ, ਮੇਰੇ ਬੜੇ ਸ਼ੁਭ ਕਰਮ ਹੈ। ਫਿਰ ਕਹਿੰਦੇ ਨੇ ਧਨ ਭੂਮਿਕਾ ਜੋ ਕਰੇ ਗੁਮਾਨ, ਧਨੀ ਹੋਣਾ ਦੌਲਤ ਆ ਜਾਣੀ ਸੰਪਦਾ ਹੋਣੀ ਇਹ ਵੀ ਇੱਕ ਹੋਣੇ ਦਾ ਕਾਰਨ ਬਣਦੀ ਹੈ।
ਪਰ ਅਖੀਰ ਤੇ ਕਹਿਣ ਲੱਗੇ ਕਰ ਕਿਰਪਾ ਜਿਸ ਤੇ ਹਿਰਦੈ ਗਰੀਬੀ ਵਿਸਾਵੇ। ਉਹ ਕਿਰਪਾ ਨਾਲ ਮਿਲਦੀ ਜਿਹਦੇ ਤੇ ਰਹਿਮਤ ਹੋ। ਔਰ ਇਹੋ ਕਾਰਨ ਹੈ ਗੁਰੂ ਨਾਨਕ ਦੇ ਸੰਬੰਧ ਵਿੱਚ ਵੀ ਭਾਈ ਗੁਰਦਾਸ ਜੀ ਨੇ ਇਹ ਗੱਲ ਆਖ ਦਿੱਤੀ ਕਿ ਮਾਲਕ ਦੇ ਦਰੋਂ ਬਾਬਾ ਪਹਿਲਾ ਸੱਚਖੰਡ ਪ੍ਰਾਪਤੀ ਕੀ ਸੀ? ਨਾਨਕ ਨਾਮ ਗਰੀਬੀ ਭਾਈ ਪੜ੍ਹੀ ਜ਼ਰੂਰੀ ਚੀਜ਼ ਸੀ ਜੀਵਨ ਅੰਦਰ ਜਿਹੜੀ ਰਾਜ ਵਿੱਚ ਨਹੀਂ ਹੁੰਦੀ, ਰਾਜੇ ਨੂੰ ਤਮਾਨਾ। ਹੁਣ ਦੇਖਣਾ ਹੈ ਕਿ ਕੀ ਰਾਜ ਨਹੀਂ ਚਾਹੀਦਾ। ਦੂਜਾ ਪੱਖ ਗੁਰਬਾਣੀ ਸਾਨੂੰ ਹਰ ਗੱਲ ਸਪਸ਼ਟ ਕਰਕੇ ਕਿਸੇ ਮੰਜ਼ਿਲ ਤੱਕ ਪਹੁੰਚਾਉਂਦੀ, ਅਧੂਰਾ ਨਹੀਂ ਛੱਡਦੀ। ਰਾਹਾਂ ਵਿੱਚ ਭਟਕਣਾ ਨਹੀਂ ਸਿਖਾਉਂਦੀ, ਮੰਜ਼ਿਲ ਤੇ ਪਹੁੰਚਾਉਂਦੀ। ਕੀ ਸਿੱਖ ਨੂੰ ਰਾਜ ਨਹੀਂ ਚਾਹੀਦਾ? ਬੜੀ ਅਜੀਬ ਗੱਲ ਹੈ। ਭਾਈ ਗੁਰਦਾਸ ਜੀ ਨੇ ਰਾਜੇ ਜਨਕ ਦੀ ਗੱਲ ਕਰਦੇ ਆ, ਉਹਨੂੰ ਕਹਿ ਦਿੱਤਾ ਭਗਤ ਵੱਡਾ ਰਾਜਾ ਜਨਕ ਹੈ, ਭਗਤਾਂ ਵਿੱਚੋਂ ਵੱਡਾ ਭਗਤ ਉਹ ਵੀ ਰਾਜਾ ਜਨਕ ਹੈ। ਸੋਚਣਾ ਪੈਂਦਾ, ਸਾਡੀ ਸੋਚ ਕਈ ਵਾਰੀ ਅਸਮਰੱਥ ਹੋ ਜਾਏ ਤਾਂ ਸਮਰੱਥ ਗੁਰੂ ਕੋਲੋਂ ਪੁੱਛਣਾ ਪੈਂਦਾ। ਕਹਿਣ ਲੱਗੇ ਮੈਂ ਰਾਜੇ ਤਾਂ ਮਾਨੇ ਅਭਿਮਾਨੇ ਤਾਂ ਇਹਨੇ ਤੋਂ ਬਚਣਾ ਚਾਹੁੰਦਾ, ਸਿੱਖ ਨੂੰ ਬਚਾਉਣਾ ਚਾਹੁੰਦਾ। ਉਹਦੇ ਲਈ ਇੱਕ ਦਾਤ ਝੋਲੀ ਪਾਉਣਾ ਕਿ ਸਿੱਖ ਕੋਲ ਰਾਜ ਹੋਵੇ ਪਰ ਅਭਿਮਾਨੀ ਤਮੀਨੀ ਹੀਣੇ ਨਾ ਹੋਵੇ ਜੀ। ਕਿਵੇਂ? ਗੁਰਬਾਣੀ ਕੋਲ ਪੁੱਛੋ ਜੀ ਕਿਵੇਂ ਰੱਖਦਾ ਵੀ ਹੋਵਾਂ, ਅਭਿਮਾਨੀ ਤਾਂ ਹੀਣੇ ਨਾ ਹੋਵੇ। ਗੁਰੂ ਕਹਿਣ ਲੱਗੇ ਤਰੀਕਾ ਇੱਕੋ ਹੈ ਕਿ ਕੱਟ ਗਿਆ ਤੇਰਾ ਅਹੰ ਰੋਗ, ਤੂੰ ਗੁਰ ਪ੍ਰਸਾਦ ਗੁਰੂ ਰਹਿਣ ਗੁਰੂ ਦੀ ਅਗਵਾਈ ਵਿੱਚ ਇੱਕ ਗੱਲ ਸਿੱਖ ਲੈ ਤਾਂ ਤੇਰਾ ਰਾਜ ਪ੍ਰਵਾਨ ਹੋ ਸਕਦਾ ਹੈ। ਕਟੀਏ ਤੇਰਾ ਅਹੰ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਇਕੱਲਾ ਰਾਜ ਨਹੀਂ, ਯੋਗ ਨਾਲ ਵੱਧ ਕੇ ਮੈਂ ਹੈਰਾਨ ਹੋ ਗਿਆ। ਸ੍ਰੀ ਗੋਬਿੰਦ ਸਾਹਿਬ ਵਿੱਚ ਕੱਲ ਭੱਟ ਗੁਰੂ ਨਾਨਕ ਸੰਬੰਧੀ ਇੱਕ ਗੱਲ ਕਰਨ ਲੱਗ ਗਏ, ਬਹੁਤ ਸੰਕਲਪ ਵਿੱਚ ਕੱਲ ਭੱਟ ਕਹਿੰਦੇ ਨੇ ਗੁਰੂ ਨਾਨਕ ਦੀ ਮਹਾਨਤਾ ਕੀ ਹੈ, ਉਹਦੇ ਕੋਲ ਇਹ ਮਤ ਸਮਝਿਓ ਕਿ ਉਹ ਮੇਰਾ ਜੋਗੀ ਹੈ, ਇਹ ਮਤ ਸਮਝਿਓ ਕਿ ਉਹ ਮੇਰਾ ਸਾਧੂ ਹੈ ਬਲਕਿ ਰਾਜਾ ਵੀ ਹੈ। ਆਪਣੀ ਅਸਰਾਂ ਤੋਂ ਕੱਲ ਭੱਟ ਕਹਿੰਦਾ ਹੈ ਕੱਲ ਕੱਲ ਸੁਦਸਤਾ ਉਹ ਗੁਰੂ ਨਾਨਕ ਹੈ, ਕੱਲ ਭੱਟ ਦੱਸ ਰਹੀ ਹੈ ਕੱਲ ਕੱਲ ਸੁਦਸ ਕਾ ਵੋ ਗੁਰੂ ਨਾਨਕ ਰਾਜ ਜੋਗ ਜਿਹੜੇ ਮਾਣੇ ਨੂੰ ਗੁਰੂ ਨਾਨਕ ਰਾਜਾ ਪੀਏ ਜੋਗੀ ਉਹਦੇ ਕੋਲ ਰਾਜ ਵੀ ਹੈ ਜੋਗ ਵੀ ਹੈ। ਉਹਦੀ ਨਿਸ਼ਾਨੀ ਕੀ ਹੋਏਗੀ? ਰਾਜ ਜੋਗ ਮਾਣੇ ਹੋ ਨਿਸ਼ਾਨੀ ਬਸਿਓ ਨਿਰਵੈਰ ਨਿਰੰਤਰ। ਜਦੋਂ ਕੋਈ ਇਕੱਲਾ ਰਾਜਾ ਹੋਏਗਾ ਉਹ ਸੈਂਕੜੇ ਦੁਸ਼ਮਣ ਵੀ ਪੈਦਾ ਕਰੇਗਾ, ਕਿਉਂਕਿ ਕਿਸੇ ਨਾਲ ਇਨਸਾਫ ਰਾਜੇ ਕੋਲੋਂ ਨਹੀਂ ਮਿਲ ਸਕਦਾ। ਗੁਰੂ ਨੇ ਵੀ ਪਾਣੀ ਵਿੱਚ ਆਖ ਦਿੱਤਾ ਰਾਜਾ ਨਿਆਂ ਕਰੇ ਹੱਥ ਹੋਏ, ਜਿੱਥੇ ਹੱਥ ਵਿੱਚ ਕੁਝ ਹੈ ਉਹਨੂੰ ਦੇਣ ਲਈ ਤਾਂ ਉਹਦੇ ਕੋਲੋਂ ਇਨਸਾਫ ਨਿਆਂ ਖਰੀਦ ਸਕਣਾ ਹੈ, ਉਹ ਤੈਨੂੰ ਦੇ ਨਹੀਂ ਸਕਦਾ। ਰਾਜਾ ਨਿਆਂ ਕਰੇ ਹੱਥ
ਹੋਏ। ਹਾਲਾਂਕਿ ਰਾਜੇ ਚ ਵੀ ਨਿਯਮ ਵੀ ਸੀ, ਰਾਜੇ ਵਾਸਤੇ ਨਿਯਮ ਧਰਮ, ਉਹਦੀ ਚੇਅਰ, ਉਹਦੀ ਕੁਰਸੀ, ਉਹਦੀ ਪਦਵੀ ਕੇਵਲ ਇਨਸਾਫ ਵੰਡਣ ਲਈ ਸੀ, ਪਰ ਉੱਥੇ ਇਨਸਾਫ ਨਹੀਂ ਸੀ ਮਿਲ ਰਿਹਾ, ਕਿਉਂਕਿ ਕੋਈ ਦੁਸ਼ਮਣ ਸੀ, ਕੋਈ ਆਪਣਾ ਸੀ, ਕੋਈ ਬੇਗਾਨਾ ਸੀ। ਪਰ ਜਦੋਂ ਉਹ ਰਾਜ ਜੋਗੀ ਬਣ ਗਿਆ, ਫਿਰ ਵੀ ਹੋਇਆ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਵਿਦਨ ਤੱਕ, ਜਿਹਦੇ ਤੋਂ ਨਿਰਵੈਰ ਹੋ ਗਿਆ, ਉੱਥੇ ਝਗੜੇ ਖਤਮ ਹੋ ਗਏ, ਕੋਈ ਆਪਣਾ ਕੋਈ ਬੇਗਾਨਾ ਨਾ ਰਹਿ ਗਿਆ, ਨਾ ਕੋਈ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਪੈਰ ਆਈ, ਖਤਮ ਹੋ ਗਿਆ, ਨਿਰਵੈਰ ਹੋ ਗਿਆ। ਬਸ ਇਹੋ ਗੱਲ ਜਦੋਂ ਮੈਂ ਦੇਖਣਾ ਆਪਣੀ ਬੱਚੀ ਵਿੱਚ, ਮੈਨੂੰ ਉਹ ਸਮਾਂ ਯਾਦ ਆ ਜਾਂਦਾ ਜਦੋਂ ਨੰਨੀ ਮੰਮੀ ਬੱਚੀ ਦੇ ਰੂਪ ਵਿੱਚ ਬੱਚੀ ਆਪਣੀ ਮੰਮੀ ਗੁਰਿੰਦਰ ਕੌਰ ਦੀ ਗੋਦ ਵਿੱਚ, ਇਸ ਦੇ ਜਨਮ ਤੋਂ ਬਾਅਦ ਦਾਸ ਉਹਦੀ ਪੁਰਾਣੀ ਗੱਲ ਕਰ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਮ੍ਰਿਤ, ਉਸ ਬਾਣੀ ਅੰਮ੍ਰਿਤ ਦੀਆਂ ਚਾਰ ਬੂੰਦਾਂ, ਪੰਜ ਬੂੰਦਾਂ ਗੁੜਤੀ ਵਜੋਂ ਬੱਚੀ ਦੇ ਮੂੰਹ ਵਿੱਚ ਪਾਉਣ ਆਇਆ ਸਾਂ, ਮੈਨੂੰ ਅੱਜ ਵੀ ਉਹ ਮਾਂ ਦੀ ਗੋਦੀ ਵਿੱਚ ਅਸੀਂ ਛੋਟੀ ਜਿਹੀ ਬੱਚੀ ਦਿਸਦੀ ਹੈ ਬਰਦੇਸ਼। ਪਰ ਇੱਕ ਖਿਆਲ ਕਰਿਓ, ਉਹ ਬਾਣੀ ਦੀਆਂ ਬੂੰਦਾਂ ਨੇ ਜੋ ਕੁਝ ਅਸਲ ਦਿਮਾਗ ਅੰਦਰ ਬਾਣੀ ਚੱਲਦੀ, ਜੋ ਤਬਦੀਲੀ ਚੇਂਜ ਅਤੇ ਇਨਕਲਾਬ ਜੀਵਨ ਵਿੱਚ ਬਾਣੀ ਲਿਆਉਂਦੀ ਹੈ, ਉਹ ਅੱਜ ਦੇਖਿਆ ਜਾ ਸਕਦਾ। ਰਾਜ ਪਦਵੀ 'ਤੇ ਰਾਜ ਦੀ ਸਫਲਤਾ ਦੀਆਂ ਖੁਸ਼ੀਆਂ ਮਨਾਉਣਾ ਆਇਆ, ਉਹ ਇੱਕ ਗੱਲ ਗੁਰਦੇਸ਼ ਵਿੱਚ ਧਿਆਨ ਨਾਲ ਦੇਖਿਓ, ਉਹ ਹੈ ਨਿਮਰਤਾ। ਗਰੀਬੀ ਕਿਹੜੀ ਚੀਜ਼ ਉਹਦੇ ਕੋਲ ਨਹੀਂ, ਜੋਗਣ ਵੀ ਹੈ, ਧਨ ਧੂਨ ਵੀ ਹੈ, ਰਾਜ ਸਿੰਘਾਸਨ ਵੀ ਹੈ, ਪਰ ਨਿਮਰਤਾ ਨਹੀਂ ਛੱਡੀ। ਹੈਰਾਨ ਹੋਣਾ, ਪਿਛਲੀ ਵਾਰ ਜਦੋਂ ਸਫਲਤਾ ਪ੍ਰਾਪਤ ਹੋਈ ਨਾ ਅਤੇ ਅਕੈਡਮੀ ਨਮਸਕਾਰ ਕਰਨ ਗਈ, ਜਦੋਂ ਦੀਵਾਨ ਦੀ ਸਮਾਪਤੀ ਹੋਈ, ਬੱਚੇ ਉੱਠਦੇ ਨੇ ਨੈਪਕਿਨ ਵੰਡਣ ਵਾਸਤੇ, ਅਤੇ ਜਦੋਂ ਸਮਾਪਤੀ ਹੋਈ ਉੱਠ ਕੇ ਬੱਚਿਆਂ ਦੇ ਨਾਲ ਆਪਣੀ ਹੱਥੀ ਰੁਮਾਲ ਨੈਪਕਿਨ ਵੰਡਣ ਲੱਗ ਪਈ, ਮੈਨੂੰ ਮਹਿਸੂਸ ਹੋਇਆ ਇਹ ਬੱਚੀ ਹੋ ਗਈ। ਉਹ ਇੱਕ ਗੁਰੂ ਦੀ ਰਹਿਮਤ ਜਿਹੜੀ ਝੁਕੀ ਪਈ ਹੈ, ਮਤ ਸਮਝੋ ਤੇ ਰਾਜ ਦੀ ਸਫਲਤਾ ਹੀ ਝੋਲੀ ਪਈ ਹੈ, ਰਾਜ ਯੋਗ ਦੀ ਸਫਲਤਾ ਝੋਲੀ ਪਈ। ਔਰ ਸਾਡੇ ਬੱਚਿਆਂ ਦੇ ਵਿਚਾਰਾਂ ਵਿੱਚ ਇੱਕ ਗੱਲ ਬੈਠਣੀ ਹੈ, ਬਿਠਾਉਣ ਦੀ ਜ਼ਰੂਰਤ ਹੈ ਕਿ ਸਾਡਾ ਮਕਸਦ, ਸਾਡੀ ਮੰਜ਼ਿਲ ਰਾਜ ਨਹੀਂ, ਰਾਜ ਯੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਝੋਲੀ ਪਾਉਂਦਾ ਹੈ ਅਤੇ ਇਹ ਆਪ ਕੇ ਝੋਲੀ ਪਾਉਂਦਾ ਹੈ, ਅਤੇ ਕੱਟੀਏ ਤੇਰਾ ਅਹੰ ਰੋਗ, ਕੱਟ ਗਏ ਤੇਰਾ ਅਹੰ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਅੱਜ ਵੀ ਅਰਦਾਸ ਕਰਿਓ, ਗੁਰੂ ਬਖਸ਼ਿਸ਼ ਕਰੇ ਇਸ ਬੱਚੀ ਦੀ ਝੋਲੀ ਰਾਜ ਯੋਗ ਹੋਵੇ। ਕੱਟ ਗਏ ਤੇਰਾ ਅਹੰ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਇਹਨਾਂ ਸ਼ਬਦਾਂ ਨਾਲ ਸਿਵਾਂ ਦਾ ਜਾਂ ਚਿੱਠਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।